ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾਂ ਐਲ ਐਸ ਆਈ ਕੇ YouTube ਚੈਨਲ ਤੇ ਇੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਇਹ ਆਪਣੀ ਹੈ ਜੀ ਵੀਡੀਓ ਨੰਬਰ 401 400 ਵੀਡੀਓ ਅਸੀਂ ਇਸ ਤੋਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ ਜਿਹੜੀਆਂ ਤੁਸੀਂ ਕੈਟਾਗਰੀ ਦੇ ਹਿਸਾਬ ਨਾਲ ਪਲੇਲਿਸਟ ਜੇ ਦੇਖ ਸਕਦੇ ਹੋ ਤੇ ਸਾਡੇ ਚੈਨਲ ਤੇ ਵੈਸੇ ਵੀ ਦੇਖ ਸਕਦੇ ਹੋ ਅੱਜ ਅੱਪਾ ਗੱਲ ਕਰਾਂਗੇ ਟੌਪਿਕ ਤੇ ਬਰਫ਼ ਦੇ ਪਾਣੀ ਵਾਲੀ ਕਿ ਆਪਣੇ ਲਗਭਗ ਸਾਰੇ ਆਹ ਮਹੀਨੇ ਚ ਮਈ ਤੋਂ ਜਾਂ ਅਪ੍ਰੈਲ ਤੋਂ বরਫ ਦਾ ਪਾਣੀ ਹੈ ਜਿਹੜਾ ਚੱਲ ਪੈਂਦਾ ਹੈਗਾ ਜਾਂ বরਫ ਲੋਕ ਹੋਰ ਤਰੀਕਿਆਂ ਨਾਲ ਆਈਸਕ੍ਰੀਮ ਵਗੈਰਾ ਤੇ ਉਹਨਾਂ ਚ ਉਹਨਾਂ ਚ ਖਾਂਦੇ ਹੈਗੇ ਜਿਆਦਾ ਕਿਸੇ ਵੀ ਰੂਪ ਚ বরਫ ਖਾਣ ਦੀ ਆਪਾਂ ਗੱਲ ਕਰ ਰਹੇ ਹਾਂ ਜਿਆਦਾਤਰ ਫ੍ਰਿਜ ਵਾਲਾ ਪਾਣੀ ਪੀਂਦੇ ਜਿਹੜਾ ਕਿ ਬਹੁਤ ਜਿਆਦਾ ਠੰਡਾ ਹੁੰਦਾ ਹੈਗਾ ਇਹਦੇ ਨੁਕਸਾਨ ਕੀ ਨੇ ਤੇ ਕਿਉਂ ਨਹੀਂ ਪੀਣਾ ਚਾਹੀਦਾ ਤੌੜੇ ਦਾ ਪਾਣੀ ਜਿਹੜਾ ਪੀਣਾ ਚਾਹੀਦਾ ਜਾਂ ਫਿਰ ਤੁਸੀਂ ਕੈਂਪਰ ਚ ਬਰਫ਼ ਪਾ ਲੋ ਥੋੜੀ ਘੱਟ ਠੰਡਾ ਕਰ ਲੋ ਨੂੰ ਨਾਰਮਲ ਜਿਹਾ ਕਰ ਲੋ ਜ਼ਿਆਦਾ ਠੰਡਾ ਨਾ ਹੋਵੇ ਆਪਣੇ ਜਿਹੜੇ ਬੋਡੀ ਦਾ ਤਾਪਮਾਨ ਤੋਂ ਜ਼ਿਆਦਾ ਠੰਡਾ ਪਾਣੀ ਪੀਣਾ ਜਿਹੜਾ ਖਤਰਨਾਕ ਹੈ ਨੁਕਸਾਨਦੇ ਹੈ ਪਹਿਲੀ ਗੱਲ ਦਾ ਜਿਹੜਾ ਬਰਫ਼ ਹੈਗੀ ਬਰਫ਼ ਵਾਲਾ ਪਾਣੀ ਫ੍ਰਿਜ ਵਾਲਾ ਪਾਣੀ ਆਪਣਾ ਉਹ ਅਨਨੈਚੁਰਲ ਤਰੀਕੇ ਨਾਲ ਬਣਾਇਆ ਗਿਆ ਹੁੰਦਾ ਉਹ ਨਾਰਮਲ ਟੈਂਪਰੇਚਰ ਨਹੀਂ ਹੁੰਦਾ ਦੂਜਾ ਇਹਦਾ ਕੀ ਨੁਕਸਾਨ ਹੈ ਇਹਦੇ ਨਾਲ ਜਿਹੜੀ ਵੱਡੀ ਆੰਤੜੀ ਹੁੰਦੀ ਆਪਣੀ ਉਹਦੇ ਉਹ ਸੁੰਗੜ ਜਾਂਦੀ ਹੈਗੀ ਸੁੰਗਣ ਲੱਗ ਜਾਂਦੀ ਹੈ ਤੇ ਜਿਹਦੇ ਨਾਲ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਤੇ ਕਬਜ਼ੀ ਹੋ ਜਾਂਦੀ ਹੈ ਜਿਵੇਂ ਕਿ ਮੰਨਿਆ ਜਾਂਦਾ ਵੀ ਕਬਜ਼ੀ ਜਿਹੜੀ ਬਹੁਤ ਸਾਰੇ ਰੋਗਾਂ ਨੂੰ ਪੈਦਾ ਕਰਦੀ ਹੈ ਪੇਟ ਸਾਫ਼ ਨਹੀਂ ਹੁੰਦਾ ਤਾਂ ਉਹਦਾ ਕਾਰਨ ਵੀ ਠੰਡਾ ਪਾਣੀ ਪੀਣ ਨਾਲ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਤੇ ਅਗਲਾ ਇਹਦਾ ਰੀਜ਼ਨ ਹੈਗਾ ਇਹਦੇ ਨਾਲ ਕੀ ਨੁਕਸਾਨ ਹੋ ਸਕਦਾ ਵੀ ਜਿਹੜੀ ਟੜਕਣ ਆਪਣੇ ਉਹ ਘਟ ਸਕਦੀ ਹੈ ਟੜਕਣ ਘਟਣ ਦੇ ਵੀ ਕਾਫੀ ਨੁਕਸਾਨ ਨੇ ਉਸ ਦੋਵਾਂ ਦਾ ਆਪਾਂ ਵੀ ਦੇਖਿਆ ਵੀ ਗਲ ਖਰਾਬ ਹੋ ਜਾਂਦਾ ਤੁਸੀਂ ਲਗਾਤਾਰ ਬਰਫ਼ ਵਾਲਾ ਪਾਣੀ ਪੀਂਦੇ ਰਹੋ ਕਈ ਦਿਨ ਤੁਹਾਡਾ ਗਾਲਾ ਜਿਹੜਾ ਸੁੱਜਣਾ ਸ਼ੁਰੂ ਹੋ ਜਾਂਦਾ ਤੇ ਕਾਫੀ ਜ਼ਿਆਦਾ ਇਨਫੈਕਸ਼ਨ ਜਿਹੜੀ ਹੋ ਜਾਂਦੀ ਹੈ ਅਗਲਾ ਇਹਦਾ ਨਾਲ ਜਿਹੜੀ ਪਾਚਨ ਪ੍ਰਣਾਲੀ ਆਪਣੀ ਉਹ ਖਰਾਬ ਹੁੰਦੀ ਹੈ ਜਦੋਂ ਆਪਣੀ ਪਾਚਨ ਪ੍ਰਣਾਲੀ ਖਰਾਬ ਹੋ ਜੂਗੀ ਤਾਂ ਉਹਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਆ ਸਰੀਰ ਦਾ ਜਿਹੜਾ ਜੋ ਵੀ ਆਪਾਂ ਕੁਝ ਖਾਂਦੇ ਆ ਸਰੀਰ ਲਈ ਉਹ ਚੰਗੀ ਤਰ੍ਹਾਂ ਨਹੀਂ ਪਚੂਗਾ ਪਹਿਲੀ ਗੱਲ ਤਾਂ ਆਪਣੇ ਖਾਣੇ ਪੀਣੇ ਵੀ ਬਹੁਤ ਗਲਤ ਆ ਤਲੀਆਂ ਚੀਜ਼ਾਂ ਕੋਲਡ ਡਰਿੰਕ ਵਗੈਰਾ ਨਾ ਤੇ ਉਹ ਖਾਣੇ ਆਪਾਂ ਆਰਗੈਨਿਕ ਚੀਜ਼ ਘੱਟ ਖਾਣੇ ਆ ਰੇਹਾਂ ਸਪਰੇਹਾਂ ਵਾਲੀਆਂ ਚੀਜ਼ਾਂ ਉਹ ਤਾਂ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਹਾਜ਼ਮੇ ਹੁੰਦੀਆਂ ਤੇਜਾਬ ਬਣ ਬਣ ਕੇ ਤਾਂ ਇਹਦੇ ਨਾਲ ਜਿਹੜੀ ਹੋਰ ਪਾਚਨ ਪ੍ਰਣਾਲੀ 'ਚ ਪ੍ਰੋਬਲਮ ਆਉਂਦੀ ਹੈ ਤੇ ਬਾਕੀ ਤੁਸੀਂ ਦੇਖਿਆ ਹੁਸਿਆਣੇ ਬੰਦਿਆਂ ਦੀ ਗੱਲ ਜਿਵੇਂ ਕਹਿੰਦੇ ਕਿ ਜਿਆਦਾ ਠੰਡਾ ਪਾਣੀ ਪੀਣ ਨਾਲ ਜਿਹੜੀ ਤੇ ਨਹੀਂ ਮਰਦੀ ਗੂੰਗਣਾ ਪਾਣੀ ਪੀਂਦੇ ਬਹੁਤ ਲੋਕ ਸਵੇਰੇ ਉੱਠ ਕੇ ਤੇ ਪਰ ਤੁਸੀਂ ਜਿਵੇਂ ਦੇਖ ਸਕਦੇ ਹੋ ਵੀ ਬਰਫ਼ ਪਾ ਲਓ ਥੋੜੀ ਪਾ ਲਓ ਪਾਣੀ 'ਚ ਅਲੱਗ ਬਾਹਰ ਕੈਂਪਰ ਤੋਂ ਉੜੇ 'ਚ ਤੇ ਉਹ ਪੀਉ ਤਾਂ ਬਹੁਤ ਵਧੀਆ ਜਿਵੇਂ ਕਿ ਮਈ ਦੇ ਮਹੀਨੇ ਤੱਕ ਤਾਂ 25 30 ਮਈ ਤੱਕ ਤਾਂ ਤੌੜਿਆਂ 'ਚ ਵੀ ਬਹੁਤ ਵਧੀਆ ਠੰਡਾ ਪਾਣੀ ਰਹਿੰਦਾ ਪਰ ਕਿ ਸ਼ਾਮ ਨੂੰ ਬਾਹਰ ਰੱਖ ਦਿਓ ਰਾਤ ਨੂੰ ਤੇ ਸਵੇਰੇ ਆਪਾਂ ਅੰਦਰ ਕਰ ਲਓ ਉਹ ਪਾਣੀ ਬਹੁਤ ਵਧੀਆ ਰਹਿੰਦਾ ਹੈਗਾ ਪਰ ਜਿਵੇਂ ਜੂਨ ਜੁਲਾਈ ਇਹ ਜਿਹੜੇ ਮਹੀਨੇ ਨੇ ਜ ਪਾਣੀ ਜਿਹੜਾ ਜੂਨ ਜੁਲਾਈ ਅੱਧ ਅਗਸਤ ਤੱਕ ਭਾਦੋਂ ਦੇ ਮਹੀਨੇ ਤੱਕ ਉਦੋਂ ਇਹਦਾ ਪਾਣੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਤੌੜਿਆਂ ਦੇ ਵਿੱਚ ਵੀ ਉਹ ਵੀ ਠੰਡੇ ਨਹੀਂ ਕਰਦੇ ਨਵੇਂ ਕੋਰੇ ਤੌੜੇ ਥੋੜਾ ਬਹੁਤ ਕਰਦੇ ਪਰ ਗਰਮ ਹੋ ਜਾਂਦਾ ਪਾਣੀ ਤਾਂ ਉਦੋਂ ਤੁਸੀਂ ਕੈਂਪਰ ਵਿੱਚ ਥੋੜੀ ਬਹੁਤ ਬਰਫ਼ ਪਾ ਕੇ ਪੀਓ ਜੇ ਜਿਹੜਾ ਫਰਿੱਜ ਵਾਲਾ ਸਿੱਧਾ ਡਾਇਰੈਕਟ ਪਾਣੀ ਫਰਿੱਜ ਵਾਲਾ ਨਾ ਪੀਓ ਜਿਹੜਾ ਆਪਣਾ ਫਰਿੱਜੇ ਠੰਡਾ ਹੁੰਦਾ ਉਹ ਪਾਣੀ ਨਾ ਪੀਓ ਉਹਦੇ ਨੁਕਸਾਨ ਨੇ ਉਹਦੇ ਨਾਲ ਕਬਜ਼ੀ ਹੁੰਦੀ ਹੈ ਗਲਾ ਖਰਾਬ ਹੁੰਦਾ ਪਾਚਨ ਪ੍ਰਣਾਲੀ ਖਰਾਬ ਹੁੰਦੀ ਹੈਗੀ ਬਹੁਤ ਸਾਰੀਆਂ ਜਿਹੜੀਆਂ ਨੁਕਸਾਨ ਦੀਆਂ ਗੱਲਾਂ ਹੁੰਦੀਆਂ ਨੇ ਬਾਕੀ ਤੁਸੀਂ ਹੋਰ ਵੀ ਸਿਹਤ ਨਾਲ ਸੰਬੰਧਿਤ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ ਸਿਹਤ ਸੰਬੰਧੀ ਅਸੀਂ ਉੱਪਰਾਈ ਬਟਨ ਤੇ ਵੀ ਲਿੰਕ ਉਹਦਾ ਪਾ ਦੇਾਂਗੇ ਜੇਕਰ ਤੁਸੀਂ ਨਵੇਂ ਹੋ ਸਾਡੇ ਚੈਨਲ ਤੇ ਤਾਂ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜਰੂਰ ਦਬੋ ਤੇ ਬਰਫ਼ ਦੇ ਪਾਣੀ ਤੋਂ ਤੇ ਬਰਫ਼ ਫ੍ਰਿਜ ਦੇ ਪਾਣੀ ਤੋਂ ਦੇ ਜ਼ਿਆਦਾ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਰੱਖੋ ਜਿਹੜਾ ਕਿ ਨੁਕਸਾਨਦਾਇਕ ਹੈ ਹੋਰ ਵੀ ਵੀਡੀਓਜ਼ ਨੇ 400 ਪਲੱਸ ਹੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ